दर्शकों ब्रेक तो बाद थोड़ा स्वागत है जी। डॉक्टर साहब साढ़े को अगली ईमेल आई है मेघरा सिंह जी दी। ए लिखते हैं सत्कार जो डॉक्टर अमरजीत सिंह जी अते भैनी रम कौर जी, वाहिगुरु जी का खालसा वाहिगुरु जी की फतेह। डॉक्टर साहब जी आप जी नूं पता ही है कि पिछले साल 2014 मई तो लैके 2015 तक कातल मोदी ने तकरीबन 16 तों 17 विदेशी यात्रावां कीतियां हन। एक पासे तां ਭਾਰਤ ਦੇ 70% ਲੋਕ ਭੁੱਖ ਨਾਲ ਮਰ ਰਹੇ ਹਨ ਤੇ ਦੂਜੇ ਪਾਸੇ ਮੋਦੀ ਅਰਬਾਂ ਖਰਬਾਂ ਰੁਪਏ ਬਰਬਾਦ ਕਰ ਰਿਹਾ ਹੈ। ਡਾਕਟਰ ਸਾਹਿਬ ਜੀ ਅਸੀਂ ਤਾਂ ਹੁਣ ਤੱਕ ਮੋਦੀ ਨੂੰ ਕਾਤਲ ਸੋਚਦੇ ਸੀ ਪਰ ਮੋਦੀ ਤਾਂ ਦੂਰ ਅੰਦੇਸ਼ੀ ਵੀ ਨਿਕਲਿਆ, ਜਿਵੇਂ ਕਿ ਚਾਈਨੀਜ਼ ਪ੍ਰੈਜ਼ੀਡੈਂਟ ਦਾ ਗੁਜਰਾਤ ਵਿੱਚ ਵੈਲਕਮ ਕਰਨਾ, ਦੂਜੇ ਪਾਸੇ ਮੋਦੀ ਦਾ ਚਾਈਨਾ ਵਿੱਚ ਗੁਜਰਾਤੀ ਭਾਸ਼ਾ ਦਾ ਇਸਤੇਮਾਲ ਕਰਨਾ, ਕਿਉਂਕਿ ਮੋਦੀ ਨੂੰ ਸਾਫ਼ ਸਾਫ਼ ਨਜ਼ਰ ਆ ਰਿਹਾ ਹੈ ਕਿ RSS ਆਤੰਕੀ ਗਰੁੱਪ ਅਜੇ ਅੰਦਰ ਖਾਤੇ ਹੀ ਲੋਕਾਂ ਉੱਤੇ ਜ਼ੁਲਮ ਕਰ ਰਿਹਾ ਹੈ ਔਰ ਬਹੁਤ ਹੀ ਜਲਦ RSS ਆਤੰਕ ਵਧਾ ਸਕਦਾ ਹੈ। RSS ਦੀ ਆਤੰਕ ਦੇ ਕਾਰਨ ਹੀ ਭਾਰਤ ਦੇ ਕਈ ਟੁਕੜੇ ਹੋ ਜਾਣਗੇ, ਮੋਦੀ ਸਿਰਫ ਗੁਜਰਾਤ ਦਾ ਹੀ ਪ੍ਰੈਜ਼ੀਡੈਂਟ ਬਣੇਗਾ, ਇਸ ਕਰਕੇ ਮੋਦੀ ਗੁਜਰਾਤੀ ਭਾਸ਼ਾ ਅਤੇ ਗੁਜਰਾਤ ਨੂੰ ਹੀ ਅੱਗੇ ਰੱਖਦਾ ਹੈ। ਜੇਕਰ ਇੱਕ ਸਾਲ ਬਾਅਦ ਜਾਂ 2 ਸਾਲ ਭਾਰਤ ਟੁੱਟਦਾ ਹੈ ਤਾਂ ਇਸ ਦਾ ਜ਼ਿੰਮੇਵਾਰ RSS ਆਤੰਕੀ ਗਰੁੱਪ ਹੀ ਹੋਵੇਗਾ। ਜ਼ਿੰਦਾਬਾਦ ਜ਼ਿੰਦਾਬਾਦ ਜੀ ਵੀਰ ਮੇਘਰਾਜ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ, ਬਹੁਤ ਲਿਖਤਾਂ ਆਈਆਂ ਉਹਨਾਂ ਦੀਆਂ, ਹਾਂ ਔਰ ਕਾਲ ਵੀ ਕਰਦੇ ਨੇ। ਇਨਫੈਕਟ ਅੱਜ ਹੀ ਮੇਰੀ ਗੱਲ ਹੋਈ, ਬਰੀਫ ਹੀ ਹੋਈ ਗੱਲ ਜੀ, ਕਿਉਂਕਿ ਬਿਜ਼ੀ ਆਵਰਸ ਹੁੰਦੇ ਨੇ, ਪਰ ਇਹ ਪੂਰੀ ਤਰ੍ਹਾਂ ਜਜ਼ਬੇ ਨਾਲ ਓਤ ਪਰੋਤ ਕੌਮ ਨੂੰ ਵੀ ਪਿਆਰ ਕਰਦੇ ਨੇ, TV 84 ਦੀ ਮਾਇਕ ਹਾਲਤ ਨੂੰ ਲੈ ਕੇ ਵੀ ਚਿੰਤਤ ਨੇ ਜੀ, ਔਰ ਇਹ ਮੈਨੂੰ ਹੌਸਲਾ ਦਿੰਦਿਆਂ ਕਹਿ ਰਹੇ ਸੀ ਕਿ ਤੁਸੀਂ ਫਿਕਰ ਨਾ ਕਰੋ, ਮਾਇਆ ਪੱਖੋਂ ਨਹੀਂ ਅਸੀਂ TV 84 ਬੰਦ ਹੋਣ ਦਿੰਦੇ ਜੀ। ਹਾਲਾਂਕਿ ਆਪ ਵਿਚਾਰੇ ਕਿਰਤ ਕਰਦੇ ਨੇ, ਬਹੁਤ ਮਿਹਨਤ ਦੇ ਨਾਲ ਜਿਹੜਾ ਇਹ ਆਪਣੀ ਕਿਰਤ ਕਰਦੇ ਨੇ। ਸੋ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਜੇ ਤੁਹਾਡੇ ਵਰਗੇ 150 ਬੰਦੇ ਹੀ ਅਰਾਊਂਡ ਹੋਣ ਤੇ ਸਾਨੂੰ ਤਾਂ ਕੋਈ ਫਿਕਰ ਕਰਨ ਵਾਲੀ ਗੱਲ ਨਹੀਂ ਹੈ ਜੀ ਜੀ, ਔਰ ਦਰਦ ਰੱਖਦੇ ਨੇ ਜਦੋਂ ਕੋਈ ਘਟਨਾ ਵਾਪਰਦੀ ਹੈ, ਔਰ ਮੈਂ ਕਈ ਵਾਰੀ ਹੈਰਾਨ ਹੁੰਦਾ ਕਿ ਵੀ ਇਹ ਕਿਵੇਂ ਆਪਣਾ ਕੰਮ ਕਰਦੇ ਆ ਵੀ ਵਕਤ ਕੱਢਦੇ ਨੇ ਲਿਖਣ ਦੇ ਲਈ, ਔਰ ਮੇਰਾ ਖਿਆਲ ਹੈ ਕਿ ਵੀ ਇਹਨਾਂ ਦੀਆਂ 17-18 ਲਿਖਤਾਂ ਜਿਹੜੀਆਂ ਨੇ ਹੁਣ ਬੈਕਡੇਟਿਡ ਹੋਣਗੀਆਂ। ਇਹ ਇਹਨਾਂ ਦੀ ਕੱਲ੍ਹ ਹੀ ਸੀ ਸ਼ਾਇਦ ਲਿਖਤ ਆਈ, ਔਰ ਕਿਉਂਕਿ ਕਰੰਟ ਸੀ, ਬਰੀਫ ਸੀ, ਔਰ ਮੈਂ ਕਈ ਵਾਰੀ ਇਹ ਉਹ ਵੀ ਕਰਦਾ, ਮੈਨੂੰ ਲੱਗਦਾ ਵੀ ਜਿਹੜੇ ਇੰਨੀ ਸ਼ਿੱਦਤ ਨਾਲ ਜੁੜੇ ਹੁੰਦੇ ਨੇ, ਹਾਲਾਂ ਸਾਡੀ ਇਹ ਵੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਜਿਹੜੇ ਨਵੇਂ ਲਿਖਣ ਵਾਲੇ ਨੇ ਉਹਨਾਂ ਨੂੰ ਵੀ ਚਾਂਸ ਦੇਈਏ, ਪਰ ਮੈਂ ਸਮਝਦਾ ਵੀ ਇਹ ਬੇਇਨਸਾਫੀ ਹੋਏਗੀ ਜੇ ਅਸੀਂ ਜਿਹੜੀਆਂ ਸੁਲਝੀਆਂ ਹੋਈਆਂ ਲਿਖਤਾਂ ਨੇ ਸਿਰਫ ਇਸ ਕਰਕੇ ਉਹਨਾਂ ਨੂੰ ਅਸੀਂ ਦਰਕਿਨਾਰ ਕਰ ਦਈਏ ਵੀ ਇਹ ਤਾਂ ਲਿਖਦੇ ਹੀ ਰਹਿੰਦੇ ਨੇ। ਸੋ ਅਸੀਂ ਇਸ ਨੂੰ ਪਿੱਕ ਕੀਤਾ ਉਹਨਾਂ ਨੇ, ਇੱਕ ਜਿਵੇਂ ਅਸੀਂ ਪੰਜਾਬੀ 'ਚ ਵੀ ਅੰਗਰੇਜ਼ੀ 'ਚ ਵੀ ਸੈਟੇਅਰ ਅੰਗਰੇਜ਼ੀ 'ਚ ਕਹਿੰਦੇ ਨੇ, ਪੰਜਾਬੀ 'ਚ ਅਸੀਂ ਵਿਅੰਗ ਕਹਿੰਦੇ। ਸੋ ਕਈ ਵਾਰੀ ਜਿਹੜੀ ਗੱਲ ਬਹੁਤ ਸਿਆਣਪ ਵਾਲੀਆਂ ਉਦਾਹਰਨਾਂ ਦੇ ਕੇ ਨਹੀਂ ਕੀਤੀ ਜਾ ਸਕਦੀ, ਉਹ ਵਿਅੰਗ ਦੇ ਨਾਲ ਕੀਤੀ ਜਾਂਦੀ ਹੈ। ਔਰ ਉਹਨਾਂ ਨੇ ਕਿਹਾ ਜੀ ਅਸੀਂ ਤਾਂ ਸਮਝਦੇ ਸੀ ਵੀ ਇਹ ਐਵੇਂ ਹੀ ਹੈ, ਇਹ ਬੇਵਾਕੂਫ ਹੈ, ਤਾਂ ਬਹੁਤ ਦੂਰੰਦੇਸ਼ ਹੈ ਜੀ। ਔਰ ਉਹਨਾਂ ਕਿਹਾ ਜੀ ਦੂਰੰਦੇਸ਼ ਇਸ ਲਈ, ਉਹਨੂੰ ਪਤਾ ਵੀ RSS ਆਤੰਕੀ ਗਰੁੱਪ ਟੈਰਰ ਗਰੁੱਪ, ਉਹਨੇ ਦੇਸ਼ ਤੋੜ ਦੇਣਾ, ਵੀ ਮੈਨੂੰ ਹੋਰ ਤਾਂ ਕਿਸੇ ਨੇ ਮੰਨਣਾ ਨਹੀਂ, ਮੈਂ ਤਾਂ ਗੁਜਰਾਤ ਦਾ ਹੀ ਪ੍ਰਧਾਨ ਬਣਨਾ, ਪ੍ਰਧਾਨ ਮੰਤਰੀ ਜਾਂ ਪ੍ਰਧਾਨ ਜਿਹੜਾ ਵੀ ਸਿਸਟਮ ਉੱਥੇ ਰੱਖਣਗੇ, ਹਿਟਲਰ ਹੀ ਹੋਏਗਾ ਗੁਜਰਾਤ ਦਾ ਜੀ। ਉਹਨਾਂ ਨੇ ਕਿਹਾ ਜੀ ਇਸ ਲਈ ਉਹਨੇ ਚੀਨ ਦੇ ਪ੍ਰੈਜ਼ੀਡੈਂਟ ਨੂੰ ਸੱਦਿਆ ਵੀ ਗੁਜਰਾਤ ਦੇ ਵਿੱਚ, ਉੱਥੇ ਉਹਨੂੰ ਆਨਰ ਕੀਤਾ ਤੇ ਉੱਥੇ ਚੀਨ 'ਚ ਵੀ ਜਾ ਕੇ ਗੁਜਰਾਤੀ ਬੋਲ ਰਿਹਾ, ਵੀ ਉਹਨੂੰ ਤਾਂ ਦੱਸਦਾ ਵੀ 1-2 ਸਾਲ ਜਦੋਂ ਟੁੱਟਣਾ ਤੇ ਇਹ ਮੈਂ ਗੁਜਰਾਤ ਦਾ ਹੋਣਾ ਹੈਡ। ਮੈਂ ਸਮਝਦਾ ਵੀ ਇਹ ਭਾਵੇਂ ਗੱਲ ਉਹਨਾਂ ਨੇ ਵਿਅੰਗ ਦੇ ਵਿੱਚ ਕਹੀ ਹੈ, ਪਰ ਇਹ ਗੱਲ ਠੀਕ ਹੈ ਜੀ ਕਿ ਇਨ ਦਾ ਐਂਡ ਆਫ ਦਾ ਡੇ ਜਿਹੜਾ ਇਹ ਟੈਰਰ, ਜਿਹੜੇ ਛੋਟੇ ਦੇਸ਼ ਹੁੰਦੇ ਨੇ ਉਹਨਾਂ 'ਚ ਜਦੋਂ ਤਬਦੀਲੀ ਹੁੰਦੀ ਹੈ ਤੇ ਰਜੀਮ ਬਦਲਦਾ, ਹਕੂਮਤ ਬਦਲਦੀ ਹੈ। ਵੱਡੇ ਦੇਸ਼ਾਂ 'ਚ ਜਦੋਂ ਟੈਰਰ ਹੁੰਦਾ, ਭੁੱਖ ਨੰਗ ਹੁੰਦੀ ਹੈ, ਜਿਵੇਂ ਅਸੀਂ ਓਪਨਿੰਗ ਸੈਗਮੈਂਟ 'ਚ ਦੇਖਿਆ ਵੀ ਦੁਨੀਆਂ ਦੇ ਸਭ ਤੋਂ ਜ਼ਿਆਦਾ ਭੁੱਖੇ ਕਲੋਜ਼ ਟੂ 200 million ਪੀਪਲ, 20 crore ਲੋਕ ਜਿਸ ਮੁਲਕ ਦੇ ਵਿੱਚ ਭੁੱਖੇ ਸੌਂਦੇ ਹੋਣ, ਉਹ ਮੁਲਕ ਕਿੰਨੀ ਕੁ ਦੇਰ ਇਕੱਠਾ ਰਹੇਗਾ? ਜਿਸ ਮੁਲਕ ਦੇ 12-14 ਸੂਬਿਆਂ 'ਚ ਤੁਸੀਂ ਫੌਜ ਰੱਖ ਕੇ ਲੋਕਾਂ ਦੇ ਮੁੱਢਲੇ ਹੱਕ ਕੁਚਲ ਰਹੇ ਹੋ, ਸਪੈਸ਼ਲ ਪਾਵਰਸ ਫੌਜ ਨੂੰ ਦਿੱਤੀਆਂ ਹੋਈਆਂ, ਜਿੱਥੇ ਕੋਈ ਸੇਫ ਨਹੀਂ ਹੈ। ਆ ਪਿਛਲੇ ਦਿਨਾਂ ਅਸੀਂ ਮੱਧ ਪ੍ਰਦੇਸ਼ ਦੀ ਕੋਈ ਮਿਨਿਸਟਰ ਟਰੈਵਲ ਕਰ ਰਹੀ ਸੀ ਉਹ ਘਰ ਵਾਲੇ ਦੇ ਨਾਲ, ਅਤੇ ਉਹ ਲੁੱਟ ਲਿਆ ਡਾਕੂਆਂ ਨੇ ਰਾਹ 'ਚ, ਇੱਥੇ ਪਤਾ ਨਹੀਂ ਕਿਹੜਾ ਮਿਨਿਸਟਰ ਦਿੱਲੀ ਪਹੁੰਚਿਆ, ਉਹਨੇ ਦੇਖਿਆ ਉਹਦੀ ਜੇਬ ਕੱਟੀ ਗਈ। ਹੁਣ ਜੇ ਹਾਲ ਇਹਨਾਂ ਦਾ ਇਹ ਹੈ, ਡਾਕੂ ਅਤੇ ਇਹਨਾਂ ਤੋਂ ਇਹ ਸੇਫ ਨਹੀਂ ਨੇ, ਅਤੇ ਕੋਮਨ ਸ਼ਹਿਰੀ ਦਾ ਕੀ ਕਹਿਣਾ? ਸੋ ਜਿੱਥੇ ਸਿਕਿਉਰਿਟੀ ਨਾ ਹੋਏ ਕਿਸੇ ਸਿਸਟਮ ਦੀਆਂ ਮੁੱਢਲੀਆਂ ਚੀਜ਼ਾਂ, ਇੱਕ ਤਾਂ ਲੋੜਾਂ ਹੁੰਦੀਆਂ ਨੇ ਸ਼ਹਿਰੀਆਂ ਦੀਆਂ, ਰੋਟੀ ਕੱਪੜਾ ਮਕਾਨ, ਇਹ ਬੇਸਿਕ ਨੀਡਸ ਨੇ ਜੀ, ਪਰ ਸਭ ਤੋਂ ਵੱਡੀ ਗੱਲ ਜਿਹੜੀ ਹੁੰਦੀ ਹੈ ਉਹ ਸਿਕਿਉਰਿਟੀ
ਔਰ ਅਦਲ ਜਸਟਿਸ ਕਿ ਤੁਸੀਂ ਸਿਕਿਓਰ ਹੋਵੋ ਤੁਸੀਂ ਬਿਨਾਂ ਕਿਸੇ ਹੁਣ ਆਹ ਨਿਊਯਾਰਕ 'ਚ ਅਸੀਂ ਬੈਠੇ ਹਾਂ ਜਿਹਦੇ ਬਾਰੇ ਕਿਹਾ ਜਾਂਦਾ ਹੈ ਕਿ ਨਿਊਯਾਰਕ ਨੈਵਰ ਸਲੀਪਸ ਕਦੇ ਨਹੀਂ ਸੌਂਦਾ ਹੁਣ ਤੁਸੀਂ 24 ਘੰਟਿਆਂ 'ਚ ਤੁਸੀਂ ਅੱਧੀ ਰਾਤ ਕੋਈ ਬੱਚੀ ਹੈ ਕੋਈ ਮੈਰਿਡ ਹੈ ਕੋਈ ਸਟੂਡੈਂਟ ਹੈ ਕੋਈ ਲੇਡੀਜ਼ ਟਰੈਵਲ ਕਰਦੀਆਂ ਨੇ ਸਬਵੇਜ਼ ਨੇ ਹਜ਼ਾਰਾਂ ਟੈਕਸੀਆਂ ਨੇ ਦੂਜੇ ਨੇ ਕਦੀ ਕਦਾਈ ਕੋਈ ਹੁੰਦਾ ਹੈ ਵਾਕਿਆ ਲੇਕਿਨ ਇਕਦਮ ਅਕਾਊਂਟੇਬਿਲਟੀ ਹੁੰਦੀ ਹੈ ਆਨਸਰੇਬਿਲਟੀ ਹੁੰਦੀ ਹੈ ਅਤੇ ਇਹਨਾਂ ਦੀ ਕੈਪੀਟਲ ਦਿੱਲੀ ਦਾ ਹਾਲ ਦੇਖ ਲਓ ਜਿੱਥੇ ਜਿਹੜੀ ਹੈ ਉਹ ਰੇਪ ਕੈਪੀਟਲ ਆਫ ਦਾ ਵਰਲਡ ਅੱਜ ਤਾਂ ਅਸੀਂ ਕਹਿਣ ਜੋਗੇ ਨਹੀਂ ਕਿਉਂਕਿ ਪੰਜਾਬ 'ਚ ਵੀ ਹਾਲਤ ਇਹਨਾਂ ਬਾਦਲ ਕੇ ਗੁੰਡਿਆਂ ਨੇ ਇਹੋ ਜਿਹਾ ਕਰ ਦਿੱਤਾ ਸੋ ਜਦੋਂ ਇਸ ਕਿਸਮ ਦਾ ਸਿਸਟਮ ਹੁੰਦਾ ਕਿ ਇਕਨੋਮਿਕਲੀ ਟੁੱਟਿਆ ਭੁੱਖੇ ਨੇ ਕ੍ਰਾਈਮ ਹੁੰਦਾ ਫਿਰ ਜਦੋਂ ਭੁੱਖ ਨੰਗ ਹੁੰਦੀ ਹੈ ਮਾਰ ਲਓਗੇ ਕੀ ਕਰ ਲਓਗੇ ਇਨ ਦਾ ਐਂਡ ਉਦੋਂ ਇਹ ਜਿਹੜੇ ਵੱਡੇ ਦੇਸ਼ ਹੁੰਦੇ ਨੇ ਜਿਵੇਂ ਸੋਵੀਅਤ ਯੂਨੀਅਨ ਟੁੱਟਿਆ ਜਾਂ ਯੂਗੋਸਲਾਵੀਆ 'ਚ ਐਨਾਰਕੀ ਔਰ ਦੂਜੀ ਟੁੱਟਿਆ ਇਵੇਂ ਹੀ ਇੰਡੀਆ ਦਾ ਹਸ਼ਰ ਹੋਏਗਾ ਇਹ ਮੈਟਰ ਆਫ ਟਾਈਮ ਹੈ ਸਾਲ 2 ਸਾਲ ਲੱਗਦੇ ਨੇ 10-12 ਲੱਗਦੇ ਨੇ 20-25 ਲੱਗਦੇ ਨੇ ਇਹ ਮੈਟਰ ਆਫ ਟਾਈਮ ਜਿਵੇਂ ਮੈਂ ਕਹਿੰਦਾ ਵੀ ਇਹ ਅਕਾਲ ਪੁਰਖ ਦੇ ਹੱਥ ਹੈ ਬਟ ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਨੇ ਕਿ ਅਲਟੀਮੇਟਲੀ ਇਹਨਾਂ ਦੀ ਡਿਸਟਰਕਸ਼ਨ ਜਿਹੜੀ ਹੈ ਉਹ ਨਿਸ਼ਚੈਵਾਚਕ ਸੱਚ ਹੈ ਜੀ ਡਾਕਟਰ ਸਾਹਿਬ ਸਾਡੇ ਕੋਲ ਅਗਲਾ ਫੇਸਬੁੱਕ ਮੈਸੇਜ ਆਇਆ ਹੈ ਪਰਥ ਆਸਟ੍ਰੇਲੀਆ ਤੋਂ ਜਸਵੀਰ ਸਿੰਘ ਜੀ ਦਾ ਉਹਨਾਂ ਨੇ ਇੱਕ ਸਾਨੂੰ ਨਜ਼ਮ ਭੇਜੀ ਹੈ ਜਿਹੜੀ ਲਿਖੀ ਹੋਈ ਹੈ ਮਨਵੀਰ ਸਿੰਘ ਮਨ ਜੀ ਨੇ ਇਹ ਨਜ਼ਮ ਇਸ ਤਰ੍ਹਾਂ ਹੈ ਬਸ ਇੱਕੋ ਚਾਹਤ ਬਾਕੀ ਹੈ ਕਿ ਕੌਮ ਮੇਰੀ ਦਾ ਘਰ ਹੋਵੇ ਅਸੀਂ ਵੀ ਸਿਰ ਚੁੱਕ ਜੀ ਸਕੀਏ ਨਾ ਪੱਗ ਲੈਣ ਦਾ ਡਰ ਹੋਵੇ ਬਸ ਇੱਕੋ ਚਾਹਤ ਬਾਕੀ ਹੈ ਕਿ ਕੌਮ ਮੇਰੀ ਦਾ ਘਰ ਹੋਵੇ ਅਜੇ ਤਾਂ ਖਤਰੇ ਲੱਖਾਂ ਨੇ ਪਈਆਂ ਵਗਦੀਆਂ ਜ਼ਖਮੀ ਅੱਖਾਂ ਨੇ ਕਈ ਸੋਚਾਂ ਸੁਲਗਨ ਸੀਨੇ ਵਿੱਚ ਨਾ ਹੋਰ ਜ਼ਲਾਲਤ ਜਰ ਹੋਵੇ ਬਸ ਇੱਕੋ ਚਾਹਤ ਬਾਕੀ ਹੈ ਕਿ ਕੌਮ ਮੇਰੀ ਦਾ ਘਰ ਹੋਵੇ ਨਾ ਜੂਨ 84 ਭੁੱਲਦੀ ਹੈ ਨਾ ਗੰਢ ਪੀੜਾਂ ਦੀ ਖੁੱਲਦੀ ਹੈ ਇਤਿਹਾਸ ਮੇਰੇ ਦੇ ਖੂਨੀ ਪੰਨਿਆਂ ਨੂੰ ਤੱਕ ਖੂਨ ਅੱਖਾਂ ਵਿੱਚ ਭਰ ਹੋਵੇ ਬਸ ਇੱਕੋ ਚਾਹਤ ਬਾਕੀ ਹੈ ਕਿ ਕੌਮ ਮੇਰੀ ਦਾ ਘਰ ਹੋਵੇ ਨਾ ਹੱਕ ਮਿਲੇ ਨਾ ਇਨਸਾਫ਼ ਹੋਇਆ ਕਾਤਲਾਂ ਨੂੰ ਸਭ ਮਾਫ਼ ਹੋਇਆ ਕਈ ਅੱਗ ਦੇ ਸਾਗਰ ਤਰ ਕੇ ਵੀ ਨਾ ਹਿੰਮਤ ਸਾਡੀ ਹਰ ਹੋਵੇ ਬਸ ਇੱਕੋ ਚਾਹਤ ਬਾਕੀ ਹੈ ਕਿ ਕੌਮ ਮੇਰੀ ਦਾ ਘਰ ਹੋਵੇ ਹੁਣ ਛੇਤੀ ਵੱਖ ਨਿਜ਼ਾਮ ਹੋਊ ਦੁਨੀਆਂ ਤੇ ਖਾਲਿਸਤਾਨ ਹੋਊ ਇਹ ਸੁਪਨਾ ਹੈ ਸ਼ਹੀਦਾਂ ਦਾ ਮੰਡਾ ਮਾਰਿਆ ਵੀ ਨਾ ਮਰ ਹੋਵੇ ਬਸ ਇੱਕੋ ਚਾਹਤ ਬਾਕੀ ਹੈ ਕਿ ਕੌਮ ਮੇਰੀ ਦਾ ਘਰ ਹੋਵੇ ਅਸੀਂ ਵੀ ਸਿਰ ਚੁੱਕ ਜੀ ਸਕੀਏ ਨਾ ਪੱਗ ਲੈਣ ਦਾ ਡਰ ਹੋਵੇ ਜੀ ਡਾਕਟਰ ਸਾਹਿਬ ਵਾਹ ਆਪਣੇ ਨਜ਼ਮ ਤਾਂ ਮਨਵੀਰ ਸਿੰਘ ਮੰਡ ਜੀ ਦੀ ਹੈ ਭੇਜੀ ਕਿਹਨਾਂ ਨੇ ਜਸਵੀਰ ਸਿੰਘ ਜੀ ਨੇ ਆਸਟ੍ਰੇਲੀਆ ਤੋਂ ਹਾਂਜੀ ਵੀਰ ਜਸਵੀਰ ਸਿੰਘ ਜੀ ਔਰ ਮਨਵੀਰ ਸਿੰਘ ਮੰਡ ਜੀ ਦਾ ਬਹੁਤ ਬਹੁਤ ਸ਼ੁਕਰੀਆ ਨਜ਼ਮ ਵੀ ਬਹੁਤ ਖੂਬਸੂਰਤ ਹੈ ਔਰ ਉਹਨਾਂ ਨੇ ਭੇਜੀ ਸਾਨੂੰ ਤੁਸੀਂ ਵੀ ਅੱਛੇ ਅੰਦਾਜ਼ 'ਚ ਪੜ੍ਹੀ ਹੈ ਕਵੀਆਂ ਵਾਂਗ ਪੜ੍ਹੀ ਹੈ ਔਰ ਮੈਂ ਸਮਝਦਾ ਵੀ ਅਲਟੀਮੇਟਲੀ ਸ਼ਹੀਦ ਦਾ ਸੁਪਨਾ ਸ਼ਹੀਦਾਂ ਦਾ ਸੁਪਨਾ ਇਹੀ ਹੈ ਜਿਸ ਨੂੰ ਸੰਤ ਪਿੰਡਾਂ ਵਾਲੇ ਅਕਸਰ ਇਹਨਾਂ ਸ਼ਬਦਾਂ 'ਚ ਕਹਿੰਦੇ ਸੀ ਕਿ ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ ਸੋ ਗੱਲ ਸੁਪਨੇ 'ਤੇ ਨਹੀਂ ਮੁੱਕਦੀ ਸੁਪਨਾ ਤਾਂ ਉਹਨਾਂ ਦਾ ਕਰਮ ਸੀ ਉਹਨਾਂ ਨੇ ਦੇਖਿਆ ਕਿ ਕੌਮ ਦੇ ਗਲੋਂ ਗੁਲਾਮੀ ਦੇ ਸੰਗਲ ਲੋਹਣੇ ਨੇ ਉਹ ਤੁਰ ਪਏ ਔਰ ਸ਼ਹਾਦਤ ਦਿੱਤੀ ਪਰ ਜਿਹੜਾ ਸਾਡੇ ਜ਼ਿੰਮੇ ਕੰਮ ਹੈ ਉਹ ਉਹਨਾਂ ਸ਼ਹੀਦਾਂ ਦੇ ਡੁੱਲੇ ਖੂਨ ਦਾ ਹੱਕ ਲੈਣਾ ਅਤੇ ਹੱਕ ਲੈਣਾ ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ ਸੋ ਇਹਨਾਂ ਦੋਨਾਂ ਵੀਰਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਇਸ ਤਰ੍ਹਾਂ ਬ੍ਰੇਕ ਵਿਊਰਸ ਤੁਸੀਂ ਇਸ ਤਰ੍ਹਾਂ ਬਣੇ ਰਹੋ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ